ਦੇਖੋ ਅੱਜ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਖਜ਼ਾਨੇ ਦਾ ਕਰੋੜਾਂ ਰੁਪਈਆ ਖਰਚ ਕੇ ਬਠਿੰਡੇ ਦੇ ਵਿੱਚ ਇੱਕ ਰੈਲੀ ਕੀਤੀ। ਕਾਹਦੇ ਲਈ? ਕਹਿੰਦੇ ਜੀ 1125 ਕਰੋੜ ਦੀ ਵਿਕਾਸ ਕ੍ਰਾਂਤੀ। ਆ ਪੋਸਟਰ ਜਾਰੀ ਹੋਇਆ ਅਤੇ ਪੋਸਟਰ ਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਫੋਟੋ ਦੇ ਪਿੱਛੇ ਜਿਹੜੀ ਇੱਕ ਵੱਡੀ ਫੋਟੋ ਹੈ ਉਹ ਸਾਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਕੀਤਾ ਹੋਇਆ ਵਿਕਾਸ ਹੈ। ਮੁੱਖ ਮੰਤਰੀ ਸਾਹਿਬ ਦੀ ਤਾਂ ਇਕੱਲੀਆਂ ਮੂਹਰੇ ਹੱਥ ਜੋੜ ਕੇ ਫੋਟੋ ਚਿਪਕਾਤੀ, ਜਿਵੇਂ ਆਟਾ ਦਾਲ ਸਕੀਮ ਬਾਦਲ ਸਾਹਿਬ ਵਾਲੀ 'ਤੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਚਿਪਕਾਤੀ, ਜਿਹੜੀ ਤੀਰਥ ਯਾਤਰਾ ਸਕੀਮ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਉਹ 'ਤੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਚਿਪਕਾਤੀ। ਮੁੱਖ ਮੰਤਰੀ ਸਾਹਿਬ, ਤੁਹਾਡੇ ਕੋਲ ਆਪਣਾ ਪੰਜਾਬ ਨੂੰ ਦੱਸਣ ਲਈ ਕੁਛ ਹੈਗਾ? ਕਿਉਂਕਿ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਨੂੰ ਨੈਸ਼ਨਲ ਲੀਡਰ ਬਣਾਉਣ ਲਈ ਪੰਜਾਬ ਦੇ ਪੈਸੇ ਦੀ ਬਰਬਾਦੀ ਹੋ ਰਹੀ ਹੈ, ਕੀ ਹੋਇਆ ਬਾਹਰਲੇ ਸੂਬਿਆਂ 'ਚ? ਹਜ਼ਾਰਾਂ ਕਰੋੜ ਪੰਜਾਬ ਦਾ ਖਰਚਤਾ, ਜਹਾਜ਼ ਪੰਜਾਬ ਦਾ ਚਲਾਇਆ, ਜ਼ਮਾਨਤਾਂ ਜ਼ਬਤ ਹੋਈਆਂ, ਬਿਸਤਰੇ ਗੋਲ ਹੋਏ, ਨੋਟਾਂ ਤੋਂ ਵੀ ਨੀਚੇ ਰਹਿ ਗਏ। ਨੁਕਸਾਨ ਤਾਂ ਪੰਜਾਬੀਆਂ ਦਾ ਹੋਇਆ, ਲਾਅ ਐਂਡ ਆਰਡਰ ਖਤਮ ਹੋ ਗਿਆ, ਗੈਂਗਸਟਰਾਂ ਦਾ ਉਰੇ ਰਾਜ ਹੈ, ਕਿਹਦਾ ਨੁਕਸਾਨ ਹੋ ਰਿਹਾ? ਔਰ ਅੱਜ ਅਰਵਿੰਦ ਕੇਜਰੀਵਾਲ ਨੂੰ ਦਿਖਾਉਣ ਦੇ ਲਈ 90% ਚਾਹੇ PRTC ਦੀਆਂ ਬੱਸਾਂ ਹੋਣ, ਚਾਹੇ ਪਨ ਬੱਸ ਦੀਆਂ ਹੋਣ, ਚਾਹੇ ਉਹਨਾਂ ਦੇ ਮੁਲਾਜ਼ਮ ਹੋਣ, ਇੰਸਪੈਕਟਰ ਸਬ ਇੰਸਪੈਕਟਰ ਹਲਕਿਆਂ 'ਚ ਡਿਊਟੀ ਲਾਈ ਕੇ ਲੋਕਾਂ ਨੂੰ ਧੱਕੇ ਨਾਲ ਬਿਠਾ ਕੇ ਲਿਆਓ, ਨਰੇਗਾ ਵਰਕਰਾਂ ਨੂੰ ਧੱਕੇ ਨਾਲ ਬਿਠਾ ਕੇ ਕਿ ਜੀ ਅਰਵਿੰਦ ਕੇਜਰੀਵਾਲ ਨੂੰ ਇਕੱਠ ਦਿਖਾਉਣ, ਫਿਰ ਰੈਲੀ ਦੇ ਉੱਤੇ ਨਿੱਜੀ ਗੱਲਾਂ, ਪੰਜਾਬ ਦੀ ਗੱਲ ਕਰੋ ਨਾ ਜੇ ਇੰਨਾ ਪੈਸਾ ਫੂਕ ਹੀ ਦਿੱਤਾ। ਅੱਗੇ ਜੀ ਸ਼੍ਰੋਮਣੀ ਅਕਾਲੀ ਦਲ ਮੇਰੇ 'ਤੇ ਪਰਿਵਾਰਕ ਤੌਰ 'ਤੇ ਨਿੱਜੇ ਹਮਲੇ ਕਰਦੇ, ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਹਮਲਾ ਨਹੀਂ ਕੀਤਾ, ਤੁਹਾਡੇ ਪਰਿਵਾਰ ਨੇ ਤੁਹਾਡੀ ਅਸਲੀਅਤ ਦੱਸੀ ਹੈ, ਜੇ ਕਾਊਂਟਰ ਕਰ ਸਕਦੇ ਹੋ ਤਾਂ ਕਹੋ ਗੱਲ ਉੱਥੇ ਕੋਈ। ਫਿਰ ਬੀਬਾ ਹਰਸਿਮਰਤ ਕੌਰ ਬਾਦਲ 'ਤੇ ਅੱਗੇ ਜੀ ਐਤਕੀ ਹਰਾਉਣਾ, ਉਹ ਭਾਈ ਸਾਹਿਬ ਹਰਾਉਣਾ ਅਤੇ ਜਿਤਾਉਣਾ ਇਹ ਲੋਕਾਂ ਨੇ ਹੈ। ਬੀਬਾ ਹਰਸਿਮਰਤ ਕੌਰ ਬਾਦਲ ਨੂੰ ਬਠਿੰਡੇ ਵਾਲਿਆਂ ਨੇ 3 ਵਾਰੀ ਲੋਕ ਸਭਾ 'ਚ ਭੇਜਿਆ, ਲੋਕਾਂ ਨੇ ਭੇਜਿਆ, 2 ਵਾਰੀ ਵਜ਼ੀਰ ਬਣੇ, ਲੋਕਾਂ ਦੇ ਸਦਕਾ ਬਣੇ। ਪਰ ਹਾਂ, ਤੁਹਾਨੂੰ ਮੈਂ ਚੈਲੰਜ ਕਰਦਾ ਕਿ ਜਿਸ ਤਰੀਕੇ ਦੀ ਤੁਹਾਡੀ ਕਾਰਗੁਜ਼ਾਰੀ ਹੈ, ਆ ਹੁਣ MP ਚੋਣਾਂ ਆ ਗਈਆਂ, ਨਾਲੇ 2.5 ਸਾਲ ਹੋ ਜਾਣਗੇ, ਅੱਧ 'ਚ ਆ ਜਾਂਗੇ, ਲੋ ਟੈਸਟ ਕਰਦੇ ਹਾਂ ਕਿ ਭਗਵੰਤ ਮਾਨ ਸਾਹਿਬ ਕਿੱਡੇ ਕੁ ਪਾਪੂਲਰ ਹੈ, ਲੜ ਕੇ ਦੇਖ ਲਓ ਚੋਣ, ਜੇ ਨਾ ਹਲਕਿਆਂ ਤੋਂ ਜਮਾਨਤ ਜ਼ਬਤ ਹੋ ਜੇ ਤੁਸੀਂ ਮੈਨੂੰ ਕਿਉਂ? ਮਤਲਬ ਪੰਜਾਬ ਦੇ ਵਿੱਚ ਆਪਾਂ ਕੀਤਾ ਕੀ ਹੈ? ਫਿਰ ਕਹਿੰਦੇ ਜੀ ਕੇਂਦਰ ਨੇ ਪੈਸਾ ਰੋਕ ਲਿਆ। ਠੀਕ ਹੈ, ਕੇਂਦਰ ਨੇ ਪੈਸਾ ਰੋਕ ਲਿਆ, ਪਰ ਲੋਕਾਂ ਨੂੰ ਦੱਸੋ ਤਾਂ ਸਹੀ ਕਿਉਂ ਰੁਕਿਆ? ਤੁਹਾਡੀ ਫੋਟੋਆਂ ਲਾਉਣ ਦੀ ਭੁੱਖ ਕਰਕੇ ਰੁਕਿਆ। ਕੇਂਦਰ ਦਾ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਹੈ, ਜਿਹੜਾ ਡਿਸਪੈਂਸਰੀਆਂ ਲਈ, ਰੂਰਲ ਹੈਲਥ ਸਿਸਟਮ ਦੇ ਲਈ ਆਉਂਦਾ, ਤੁਸੀਂ ਮਹੱਲਾ ਕਲੀਨਿਕਾਂ 'ਤੇ ਖਰਚਿਆ, ਆਪਣੀਆਂ ਫੋਟੋਆਂ ਲਾਈਆਂ, 10x12 ਦਾ ਫੇਲ ਮਾਡਲ ਅਰਵਿੰਦ ਕੇਜਰੀਵਾਲ ਦਾ, ਪੈਰਾਸੀਟਾਮੋਲ ਦੀ ਦੁਕਾਨ, ਉਹ ਤਾਂ ਪੈਸਾ ਰੁਕਿਆ, ਦੱਸੋ ਲੋਕਾਂ ਨੂੰ। ਫਿਰ ਕਹਿੰਦੇ ਜੀ ਕੇਂਦਰ ਨਹੀਂ ਚਾਹੁੰਦਾ ਕਿ ਪੰਜਾਬ ਨਸ਼ਾ ਮੁਕਤ ਹੋਵੇ, ਮਹੱਲਾ ਕਲੀਨਿਕਾਂ ਨੇ ਕਰਨਾ ਪੰਜਾਬ ਨਸ਼ਾ ਮੁਕਤ? ਹਾਈ ਕੋਰਟ ਨੇ ਤਾਂ ਤੁਹਾਡੇ 'ਤੇ ਐਡਾ ਇਲਜ਼ਾਮ ਲਾਤਾ ਕਿ ਪੰਜਾਬ 'ਚ ਨਸ਼ਾ ਹੀ ਤੁਸੀਂ ਵਿਕਾ ਰਹੇ ਹੋ, ਤੁਹਾਡੀ ਸਰਕਾਰ ਵਿਕਾ ਰਹੀ। ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਭ੍ਰਸ਼ਟ ਪਾਰਟੀ ਹੋ, ਐਕਸਾਈਜ਼ ਘੁਟਾਲੇ 'ਚ 338 ਕਰੋੜ ਦੇ ਘਪਲੇ ਦੇ ਸਬੂਤ ਮਿਲੇ ਨੇ, ਗੱਲਾਂ ਕਿਹੜੀਆਂ ਕਰਦੇ? ਅਤੇ ਨਿੱਜੀ ਹਮਲੇ, ਨਿੱਜੀ ਹਮਲੇ ਜੇ ਪੰਜਾਬ ਦੇ ਵਿੱਚ ਕਿਸੇ ਨੇ ਸ਼ੁਰੂ ਕੀਤੇ ਤਾਂ ਭਗਵੰਤ ਮਾਨ ਸਾਹਿਬ ਤੁਸੀਂ ਸ਼ੁਰੂ ਕੀਤੇ। ਕਿਹਨੇ ਪਾਈਆਂ ਕਿੱਕਲੀਆਂ? ਕਿਹੜਾ ਕਹਿੰਦਾ ਸੀ ਲੀਡਰਾਂ ਨੂੰ ਪਤੀਲੇ ਵਾਂਗੂ ਮਾਂਜ ਕੇ ਸਿੱਟ ਦਿਓ, ਵੱਟੇ ਮਾਰੋ, ਰੋੜੇ ਮਾਰੋ? ਇਹ ਤੁਸੀਂ ਸ਼ੁਰੂ ਕੀਤਾ, ਅੱਜ ਤੁਹਾਡੇ 'ਤੇ ਪੁੱਠਾ ਪੈ ਗਿਆ ਅਤੇ ਹੁਣ ਤੁਸੀਂ ਚੀਕ ਮਾਰਦੇ। ਮੁੱਖ ਮੰਤਰੀ ਸਾਹਿਬ, ਪੰਜਾਬ ਦੇ ਲਈ ਕੰਮ ਕਰੋ, ਜੋ ਲੋਕਾਂ ਨਾਲ ਵਾਅਦੇ ਕੀਤੇ ਨੇ ਕੰਮ ਕਰੋ। ਤੁਹਾਡੀ ਪੰਜਾਬ ਨੂੰ 2 ਸਾਲਾਂ ਦੇ ਵਿੱਚ ਇੱਕ ਵੀ ਜਿਹੜੀ ਨਿਸ਼ਾਨੀ ਹੈ ਉਹ ਦੱਸੋ। ਸਕੀਮਾਂ ਪੁਰਾਣੀ ਸਰਕਾਰ ਦੀਆਂ, ਆ ਡਿਵੈਲਪਮੈਂਟ ਪੁਰਾਣੀ ਸਰਕਾਰ ਦੀ, ਫੋਟੋਆਂ ਪੁਰਾਣੀ ਸਰਕਾਰ ਦੀਆਂ ਡਿਵੈਲਪਮੈਂਟ ਦੀਆਂ, ਆਪਣੀ ਫੋਟੋ ਲਾ ਕੇ ਕਰੋੜਾਂ ਰੁਪਈਆ ਫੂਕਤਾ, 60,000 ਕਰੋੜ ਦੇ ਕਰੀਬ ਕਰਜ਼ਾ ਚੜ੍ਹ ਗਿਆ 2 ਸਾਲ 'ਚ ਤੁਹਾਡੇ ਝੂਠ ਦਾ, ਤੁਹਾਡੀਆਂ ਗੱਲਾਂ ਦਾ। ਸਕੂਲਾਂ 'ਚ ਛੁੱਟੀ ਕਰਾ ਦਿੰਦੇ ਹੋ ਕਿ ਮੁੱਖ ਮੰਤਰੀ ਦੀ ਸਿਕਿਉਰਿਟੀ ਨੇ ਰੁਕਣਾ, ਇਹ ਮਾਡਲ ਹੈ। ਭੈਣ ਜੀ ਹੋਰੀ 20-25 ਗੱਡੀਆਂ ਬਿਨਾਂ ਕਿਸੇ ਅਹੁਦੇ ਤੋਂ ਐਡੀ ਸਿਕਿਉਰਿਟੀ ਲੈ ਕੇ ਘੁੰਮਦੇ ਨੇ, ਇਹ ਮਾਡਲ ਹੈ।
ਖਜ਼ਾਨੇ 'ਤੇ ਬੋਝ ਪੰਜਾਬ ਦੇ 'ਤੇ, ਐਸ਼ ਕਰੋ ਤੁਸੀਂ।